Amar Audio Presents. ਗੱਲ ਦੋਸਤੋ, ਮੈਂ ਤੁਹਾਡਾ ਬਾਈ ਜੀ ਦੀ ਸ਼ਹਿਰ ਖੰਨੇ ਵਾਲਾ ਇੰਟਰਵਿਊ ਕਰਨੀਆਂ ਸੀਗੀਆਂ, ਮੇਰਾ ਇੰਨਾ ਟਾਈਮ ਨਹੀਂ ਮਿਲਿਆ ਕਰਨ ਦਾ ਅਤੇ ਮੂਡ ਜਿਹਾ ਵੀ ਨਹੀਂ ਬਣਿਆ ਇੱਕ ਸੱਚੀ ਗੱਲ ਦੱਸਾਂ, ਅਤੇ ਹੁਣ ਬਣ ਗਿਆ ਥੋੜ੍ਹਾ ਜਿਹਾ। ਸੋ ਜੀ, ਸਾਡੀ ਨਵੀਂ ਐਲਬਮ ਆ ਰਹੀ ਆ ਹਿੱਕ ਵਿੱਚ ਜ਼ੋਰ। ਪਹਿਲੀ ਸਾਡੀ ਪੰਜਾਬੀ ਐਲਬਮ 2008 ਦੇ ਵਿੱਚ ਆਈ ਸੀ, ਟਾਈਮਸ ਮਿਊਜ਼ਿਕ ਨੇ ਕੱਢੀ ਸੀਗੀ, ਅਤੇ ਦਾਦਿਆਂ ਦੀ ਮਿਹਰ, ਬਾਬੇ ਦਾ ਆਸ਼ੀਰਵਾਦ, ਹਾਲੇ ਤੱਕ ਉਹ ਗਾਣਾ ਸਾਡਾ ਵੱਜਦਾ। ਮੇਰੇ ਜਿੰਮੀ ਕਾਨੂੰ, ਮੇਰੇ ਵੱਡੇ ਵੀਰਾਂ ਨੇ ਮਿਊਜ਼ਿਕ ਕੀਤਾ ਸੀਗਾ ਉਹਦਾ, ਅਤੇ ਤੁਹਾਡੀ ਵੀ ਮਿਹਰ ਸੀਗੀ ਕਾਫੀ ਜਿਹੜੇ ਸੁਣ ਰਹੇ ਹੋ ਇਸ ਟਾਈਮ। ਅਤੇ ਹੁਣ ਜਿਹੜੀ ਅਗਲੀ ਆਪਣੀ ਪ੍ਰੋਜੈਕਟ ਆ ਰਿਹਾ ਜੀ ਹਿੱਕ ਵਿੱਚ ਜ਼ੋਰ, ਇਹ ਆਪਾਂ ਨਵੀਂ ਲੇਬਲ ਨਾਲ ਸਾਈਨ ਕੀਤਾ ਅਮਰ ਆਡੀਓ, ਜੋ ਕਿ ਹੁਣ ਸਾਡੀ ਉਹ ਲੇਬਲ ਆ। ਅਤੇ ਸਾਡਾ ਵੱਡਾ ਵੀਰ ਪਿੰਕੀ ਧਾਲੀਵਾਲ ਜੀ ਦੇ ਨਾਲ ਪਿਛਲੇ ਸਾਲ ਦਾ ਮੈਂ ਕੰਮ ਕਰ ਰਿਹਾ। ਇੱਕ ਕੋਸ਼ਿਸ਼ ਸੀਗੀ ਸਾਡੀ ਵੀ ਅਸੀਂ ਬਣਾਈਏ ਅੱਜ ਕੱਲ੍ਹ ਦਾ ਜੋ ਯੰਗਸਟਰ ਨੂੰ ਪਸੰਦ ਹੈ, ਅਤੇ ਉਹੀ ਕੋਸ਼ਿਸ਼ ਕੀਤੀ ਹੈ ਜੀ ਇਹਦੇ ਵਿੱਚ, ਉਹੀ ਸ਼ੇਰ ਪੰਜਾਬੀ ਦਾ ਅਗਲਾ ਚੈਪਟਰ ਕਾਇੰਡ ਉਹ ਬਣਾਉਣ ਦੀ ਮੈਂ। ਅਤੇ ਇਹਦੇ ਵਿੱਚ ਟੋਟਲ 10 ਗਾਣੇ ਨੇ, ਮਿਊਜ਼ਿਕ ਪ੍ਰੋਡਿਊਸਰ ਇਹਦੇ ਵਿੱਚ ਹੈਗੇ ਨੇ ਰਿਜ਼ਵਾਨ ਜ਼ੈਦੀ ਸਾਹਿਬ, ਜਿਨ੍ਹਾਂ ਨੇ ਦੋ ਗਾਣੇ ਕੀਤੇ ਨੇ ਵਾਅਦਾ ਤੇਰਾ ਅਤੇ ਗੱਲ ਸੁਣ ਸੁਣਾ ਦੀ ਹੈ ਪਰ ਯੇ ਨਹੀਂ। ਅਤੇ ਜਿੰਮੀ ਕਾਨੂੰ ਮੇਰੇ ਵੀਰਾਂ ਨੇ ਦੋ ਗਾਣੇ ਕੀਤੇ ਨੇ, ਨਾ ਨਾ ਛੇੜੀ ਨਾ, ਅਤੇ ਬਾਕੀ 5-6 ਗਾਣੇ ਮੈਂ ਖੁਦ ਹੀ ਮਿਊਜ਼ਿਕ ਬਣਾਇਆ ਜੀ। ਮੈਂ ਐਕਚੁਲੀ ਇਹ ਵੀ ਕਰਨਾ ਚਾਹੁੰਦਾ ਸੀਗਾ ਕਿਉਂਕਿ 7-8 ਸਾਲ ਹੋ ਗਏ ਨੇ ਸਟੂਡੀਓ 'ਚ ਧੱਕੇ ਖਾਂਦੇ ਅਤੇ ਕਾਫੀ ਕੁਝ ਸਿੱਖ ਲਿਆ। ਸੋ ਹਾਂਜੀ, 10 ਗਾਣੇ ਨੇ ਇਹਦੇ ਵਿੱਚ ਟੋਟਲ, ਅਤੇ ਤੁਸੀਂ ਪ੍ਰੋਮੋ ਦੇਖ ਹੀ ਰਹੇ ਹੋ ਅੱਜ ਕੱਲ੍ਹ ਜਿਹੜੇ ਚੱਲ ਰਹੇ ਨੇ। ਅਤੇ ਇਹ ਐਕਚੁਲੀ ਜੀ ਮੈਂ ਪਰਸਨਲ ਤੁਹਾਡੇ ਨਾਲ ਹੋਣਾ ਚਾਹੁੰਦਾ ਸੀਗਾ ਕਿਉਂਕਿ ਅੱਜ ਜਿਵੇਂ ਵੀ ਤੁਸੀਂ ਦੇਖ ਲਓ ਆਪਣਾ ਪਰਸਨਲ ਹੈ, ਹੋਰ ਕੋਈ ਨਹੀਂ ਹੁੰਦਾ ਉਰੇ। ਅਤੇ ਬੜੀ ਮਿਹਨਤ ਕੀਤੀ ਹੈ ਜੀ ਇਹਦੇ ਨਾਲ, ਅਤੇ ਮੈਂ ਸੱਚ ਸੱਚ ਦੱਸਾਂ, ਮੈਂ ਸੰਗੀਤ ਜੋ ਕਰਦਾ, ਜੋ ਮਿਊਜ਼ਿਕ ਕਰਦਾ, ਮੇਰੇ ਖਿਆਲ 'ਚ ਟੂ ਬੀ ਖੂ ਬਿਗ ਹਾਰਡ ਨਾਈਸ ਕਲੋਜ਼ ਵੀ ਆਲਰੇਡੀ ਹੈ ਦੋਸ, ਮਿਊਜ਼ਿਕ ਇਜ਼ ਮੱਚ ਬਿਗਰ ਦੈਨ ਦੈਟ, ਇਟਸ ਦ ਵੇ ਦੈਟ ਯੂ ਕੈਨ ਰੀਚ ਸਮ ਨੈਕਸਟ ਲੈਵਲ, ਪੀਪਲ ਹੂ ਕੈਨ ਅੰਡਰਸਟੈਂਡ ਮੀ, ਯੂ ਨੋ ਦੇ ਕੈਨ ਬਾਉ ਡਾਊਨ ਟੂ ਦੈਟ। ਸੋ ਮੈਂ ਸੰਗੀਤ ਨੂੰ ਬਹੁਤ ਸੀਰੀਅਸ ਲੈਂਦਾ ਜੀ ਜ਼ਿੰਦਗੀ ਦੇ ਵਿੱਚ, ਅਤੇ ਮੈਂ ਉਹਨਾਂ ਚਿਰ ਤੱਕ ਚੀਜ਼ ਨਹੀਂ ਕਰਦਾ ਜਿੰਨਾ ਚਿਰ ਤੱਕ ਲੋੜ ਨਾ ਪਵੇ। ਸੋ ਬਾਕੀ ਮੇਰੀ ਕਲਮ ਮੇਰੇ ਸਾਈਆਂ ਨੇ ਬਖਸ਼ੀ ਹੈ ਜੀ, ਜਿੰਨਾ ਜਿਹਦੇ ਕਰਕੇ ਮੈਂ ਲਿਖ ਲੈਂਦਾ। ਅਤੇ ਬਸ ਥੋੜ੍ਹੀ ਜਿਹੀ ਇਹੀ ਮੇਰੀ ਕਹਾਣੀ ਹੈ, ਅਤੇ ਮੈਂ ਫੈਨਸ ਦਾ ਬਹੁਤ ਹੀ ਜ਼ਿਆਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿਉਂਕਿ ਆਈ ਥਿੰਕ ਜੀ ਦੀ ਬਣਾਉਣ ਵਾਲਾ ਤੁਸੀਂ ਹੋ, ਮੈਂ ਤਾਂ ਗਗਨਦੀਪ ਹਾਂ, ਇੱਕ ਸਰਬਜੀਤ ਕੌਰ ਮੇਰੀ ਮੰਮੀ ਦਾ ਨਾਮ ਹੈ, ਪ੍ਰੇਮ ਦਵੇਜ ਸਰ ਮੇਰੇ ਫਾਦਰ ਸਾਹਿਬ ਦਾ ਨਾਮ ਹੈ, ਜਿਨ੍ਹਾਂ ਦਾ ਮੈਂ ਲੜਕਾ, ਪਰ ਜੀ ਦੀ ਇੱਕ ਕੋਸ਼ਿਸ਼ ਸੀਗੀ ਮੇਰੀ ਜਿਹਨੂੰ ਮੈਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਅਤੇ ਮੇਰੀ ਟੀਮ ਜੀ ਦੀ ਮਿਊਜ਼ਿਕ, ਕਿਰਨ ਮਾਈ ਵਾਈਫ, ਜਗਵੀਰ ਮੜਾ ਮਰਾੜ ਸਾਡਾ ਛੋਟਾ ਵੀਰ ਜੋ ਕਿ ਮੇਰੇ ਨਾਲ ਨੇ ਜੀ ਹਾਈ ਸਕੂਲ ਤੋਂ ਸਾਡੇ ਨਾਲ ਨੇ, ਅਤੇ ਸਾਰਿਆਂ ਦੀ ਜੀ ਮਿਹਨਤ ਹੈ ਇੱਕ ਵਿੱਚ ਜ਼ੋਰ। ਇਹਦੇ ਵਿੱਚ ਬਹੁਤ ਤਰ੍ਹਾਂ ਦੇ ਮੈਂ ਟੋਪਿਕ, ਤੁਹਾਨੂੰ ਪਤਾ ਵੀ ਮੈਂ ਹਮੇਸ਼ਾ ਕੁੜੀਆਂ ਕਾੜੀਆਂ ਦੀਆਂ ਗੱਲਾਂ ਘੱਟ ਹੀ ਕਰਦਾ ਹੁੰਦਾ, ਭੈਣਾਂ ਮਾਵਾਂ ਦੀਆਂ ਗੱਲਾਂ ਮੈਨੂੰ ਜ਼ਿਆਦਾ ਵਧੀਆ ਲੱਗਦੀਆਂ ਨੇ ਕਿਉਂਕਿ ਮੈਂ ਤੇਰਾ ਵੀਰ ਬਣ ਗਿਆ, ਉਹ ਮੇਰੇ ਲਈ ਬਹੁਤ ਹੈ। ਅਤੇ ਇਹਦੇ ਵਿੱਚ ਗਾਣਾ ਹੈਗਾ ਜੀ ਟਾਣੀ ਯਾਰਾਂ ਦੀ,
ਮੈਂ ਐਕਚੁਲੀ ਫੀਲਿੰਗ ਜੀ ਆਈ ਸੀਗੀ। ਇੱਕ ਦਿਨ ਮੈਂ ਆਪਣੇ ਯਾਰਾਂ ਨੂੰ ਮਿਸ ਕਰ ਰਿਹਾ ਸੀ, ਉਦੋਂ ਲਿਖਿਆ ਗਿਆ ਸੀਗਾ ਇਹ ਗਾਣਾ, ਜਿਹਨੂੰ ਤੁਸੀਂ ਬਹੁਤ ਲਾਈਕ ਕਰ ਰਹੇ ਹੋ ਆਲਰੇਡੀ, ਦੋ ਚਾਰ ਬੰਦਿਆਂ ਨੇ ਜਿਹੜੇ ਚੱਕ ਕੇ ਪਾ ਵੀ ਦਿੱਤਾ, ਉਹਨਾਂ ਨੇ ਗਾਣਾ ਜਿਹੜੀ ਲੀਕ ਜੇ ਕੀਤੇ ਨੇ, ਪੰਜ ਛੇ ਗਾਣੇ ਅਸੀਂ ਪਰ ਭੁੱਲੇ ਹੋ ਨਾ, 6 ਗਾਣੇ ਲੀਕ ਕੀਤੇ ਨੇ, ਇਹਦੇ ਵਿੱਚ 10 ਗਾਣੇ ਨੇ ਜਿਹੜੇ ਮੇਨ ਗਾਣੇ ਨੇ ਉਹ ਮੈਂ ਅਜੇ ਰੱਖੇ ਨੇ, ਤੁਹਾਨੂੰ ਦੇਣੇ ਵੀ ਅਜੇ। ਸੋ ਉਹ ਮਾਰਚ 11 ਨੂੰ ਸਾਡੀ ਟੈਂਟੇਟਿਵ ਡੇਟ ਆ ਜੀ, ਟੀ ਵੀ 'ਤੇ ਦੇਖੋਗੇ ਤੁਸੀਂ ਸਾਰੀਆਂ ਮਸ਼ਹੂਰੀਆਂ ਮਸ਼ਹੂਰੀਆਂ ਜਿਹੜੀਆਂ ਚੱਲਦੀਆਂ ਹੋਣਗੀਆਂ। ਮੈਂ ਬੜਾ ਉੱਧਰ ਕੇਅਰ ਨਹੀਂ ਕਰਦਾ, ਉਹ ਸਾਡਾ ਆਪਣੇ ਗੀਤਾ ਲੀਵਾਲ ਬਾਈ ਸਾਂਭ ਰਿਹਾ, ਸਾਡਾ ਬਾਈ ਆ ਬਲਜੀਤ ਸਿੰਘ, ਅਤੇ ਵਧੀਆ ਹੋਵੇਗਾ ਜੀ ਕੰਮ। ਪਰ ਲਾਈਕ ਅ ਸੈਡ, ਅਸੀਂ ਤਾਂ ਜੀ ਸੰਗੀਤ ਕੋਈ ਪੈਸੇ ਲਈ ਨਹੀਂ ਮੈਂ ਬਣਾਇਆ ਅੱਜ ਤੱਕ, ਵਧੀਆ ਜੋਬ ਆ ਆਪਣੀ ਬਾਬੇ ਨੇ ਬਖਸ਼ੀ ਹੋਈ ਆ, ਅਤੇ ਬਸ ਇੱਕ ਮਿਹਨਤ ਆ ਆਪਣੇ ਸੰਗੀਤ ਦੇ ਰਾਹੀਂ। ਮੈਨੂੰ ਲੱਗਦਾ ਵੀ ਮੈਂ ਸੱਚੇ ਪਾਤਸ਼ਾਹ ਨੇ ਬਾਬੇ ਨਾਨਕ ਨੇ ਕੁਛ ਸਿੱਖਿਆ, ਕਿਉਂਕਿ ਮੇਰਾ ਕਲਚਰ ਆ ਜਿਹੜਾ ਬਹੁਤ ਰਿਚ ਆ, ਅਤੇ ਆਪਣੇ ਕਲਚਰ ਦੀ ਤੁਹਾਨੂੰ ਅਸਲੀ ਪਛਾਣ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣਾ ਕਲਚਰ ਛੱਡ ਕੇ ਜਾਂਦੇ ਹੋ। ਜਦੋਂ ਮੈਂ ਹਿੰਦੁਸਤਾਨ ਛੱਡਿਆ, ਪੰਜਾਬ ਛੱਡਿਆ, ਉਦੋਂ ਮੈਨੂੰ ਆਈ ਥਿੰਕ ਮਹਿਸੂਸ ਹੋਇਆ ਵੀ ਆਈ ਥਿੰਕ ਵੀ ਲੋਕ ਜ਼ਿਆਦਾ ਸੰਭਾਲੀ ਬੈਠੇ ਨੇ ਵਿਰਸਾ, ਪੰਜਾਬ 'ਚ ਵੀ ਸੰਭਾਲੀ ਬੈਠੇ ਨੇ, ਪਰ ਆਈ ਥਿੰਕ ਉਰੇ ਲੋਕ ਜ਼ਿਆਦਾ ਸਾਡੇ ਅਮੈਰੀਕਾ, ਕਨੇਡਾ, ਇੰਗਲੈਂਡ, ਸਿਡਨੀ, ਅਫਰੀਕਾ ਸਾਰੇ ਕਿਤੇ ਸੰਭਾਲੀ ਜ਼ਿਆਦਾ ਬੈਠੇ ਨੇ। ਅਤੇ ਬਸ ਮੇਰੇ ਵਿਰਸੇ ਨਾਲ ਮੈਨੂੰ ਬਹੁਤ ਪਿਆਰ ਹੈ, ਅਤੇ ਇੱਕ ਮਿਊਜ਼ਿਕ, ਇੱਕ ਸੰਗੀਤ ਹੈ ਜਿਹਦੇ ਥਰੂ ਮੈਂ ਜਾਣਾ। ਇੱਕ ਹੋਰ ਕੁਸ਼ਚਨ ਯਾਦ ਆ ਰਿਹਾ, ਕਿਸੇ ਬੰਦੇ ਨੇ ਕਿਹਾ ਸੀਗਾ ਭਾਅ ਜੀ ਤੁਸੀਂ ਹਿੰਦੀ ਕੈਸਟ ਵੀ ਕੀਤੀ ਸੀ। ਹਿੰਦੀ ਕੈਸਟ ਜੀ ਦੂਜੀ 'ਤੇ ਵੀ ਮੈਂ ਕੰਮ ਕਰਨ ਲੱਗਿਆ ਹੋਇਆ, ਉਹਦੇ ਵੀ 4 ਕੁ ਗਾਣੇ ਬਣ ਗਏ ਨੇ। ਇਹ ਤਾਂ ਲਾਈਕ ਮੈਂ ਤੁਹਾਨੂੰ ਦੱਸਿਆ ਵੀ ਸੰਗੀਤ ਆ ਮੇਰਾ, ਮੈਂ ਕਰਦਾ ਹੀ ਰਹਿੰਦਾ, ਅਤੇ ਮੈਂ ਇੱਕ ਜਾਨਰ ਦੇ ਵਿੱਚ ਫਸਣਾ ਨਹੀਂ ਚਾਹੁੰਦਾ ਹੈਗਾ, ਚਾਹੇ ਉਹ ਹਿਪ ਹੌਪ ਹੋਵੇ, ਪੰਜਾਬੀ ਫੋਕ ਹੋਵੇ, ਸੂਫੀਆਨਾ ਹੋਵੇ, ਰੈਪ ਹੋਵੇ, ਜੋ ਕੁਛ ਮਰਜ਼ੀ ਹੋਵੇ, ਮੈਂ ਸਾਰਿਆਂ ਦੇ ਵਿੱਚ ਮੈਨੂੰ ਧੱਕੇ ਖਾਣ ਦਾ ਬਹੁਤ ਸ਼ੌਕ ਹੈ, ਕਿਉਂਕਿ ਮੈਨੂੰ ਲੱਗਦਾ ਉਵੇਂ ਮੇਰਾ ਥੋੜ੍ਹਾ ਜਿਹਾ ਐਕਸਪੀਰੀਅੰਸ ਜ਼ਿਆਦਾ ਬਣਦਾ। ਅਤੇ ਮੈਂ ਕੋਈ ਜੀ ਉਰੇ ਤਾਨਸੇਨ ਦਾ ਸਿੰਗਰ ਨਹੀਂ ਗਾ ਕੋਈ, ਅਤੇ ਬਸ ਮੇਰੀ ਕੋਸ਼ਿਸ਼ਾਂ ਹੁੰਦੀਆਂ ਨੇ। ਅਤੇ ਹਿੰਦੀ ਕੈਸਟ ਮੈਂ ਇਸ ਲਈ ਕੀਤੀ ਸੀਗੀ ਦੋਸਤਾ, ਬਾਈ ਦਾ ਮੈਸੇਜ ਆਇਆ ਸੀਗਾ, ਕਿਉਂਕਿ ਅਮੈਰੀਕਾ ਦੇ ਵਿੱਚ ਜਿਵੇਂ ਅਸੀਂ ਗਰੋ ਅਪ ਹੋਇਆ, ਸਾਡੇ ਬਹੁਤ ਯਾਰ ਨੇ ਮਰਾਠੀ ਹੋ ਗਏ, ਦਿੱਲੀ ਤੋਂ ਹੋ ਗਏ, ਜਿਹੜੇ ਪੰਜਾਬੀ ਘੱਟ ਸਮਝਦੇ ਨੇ। ਸੋ ਹਿੰਦੀ ਮੇਰਾ ਕਰਨ ਦਾ ਸ਼ੌਂਕ ਸੀਗਾ, ਹਜੇ ਵੀ ਸ਼ੌਂਕ ਹੈਗਾ, ਅਤੇ ਉਹਦੇ ਵੱਲ ਮੈਂ ਲੱਗਿਆ ਹੋਇਆ। ਪਰ ਪੰਜਾਬੀ ਸ਼ੇਰ ਪੰਜਾਬੀਆਂ ਦੇ ਬਣਿਆ, ਸੋ ਸ਼ੇਰ ਪੰਜਾਬੀ ਆ, ਸੋ ਉਹ ਬਹੁਤ ਜ਼ਰੂਰੀ ਹੈ। ਚਮਕੀਲਾ ਸਾਹਿਬ ਹੋ ਗਏ, ਕੁਲਦੀਪ ਮਾਨਕ ਸਾਹਿਬ ਐਕਚੁਲੀ ਸਾਡਾ ਦਿੰਦੇ ਉਹਨਾਂ ਨੂੰ ਜਿਹੜੇ ਬਹੁਤ ਦੂਰ ਨੇ ਹੁਣ, ਪਰ ਦਿਲ ਦੇ ਬਹੁਤ ਨੇੜੇ ਨੇ। ਮਾਨਕ ਸਾਹਿਬ, ਬਾਬਾ ਮਾਨ, ਮੇਰਾ ਵੱਡਾ ਵੀ ਜੈਜੀ ਬੈਂਸ, ਅਤੇ ਇਹ ਬਹੁਤ ਕੁਛ ਲੋਕ ਨੇ, ਸਿੰਦਾ ਭਾਅ ਜੀ, ਇਹ ਲੋਕ ਨੇ ਜਿਹੜੇ ਮੈਨੂੰ ਬਹੁਤ ਹੀ ਡਿਟਰਮਿਨ, ਮੈਨੂੰ ਬੜਾ ਫੋਕਸ ਕਰਦੇ ਨੇ, ਜੋ ਇਹ ਲੋਕ ਪਾ ਚੁੱਕੇ ਨੇ ਜ਼ਿੰਦਗੀ ਦੇ ਵਿੱਚ, ਅਤੇ ਮੈਂ ਇਹਨਾਂ ਤੋਂ ਬਹੁਤ ਸਿੱਖਣਾ, ਅਤੇ ਮੈਂ ਕੋਸ਼ਿਸ਼ ਕਰਦਾ ਵੀ ਅਸੀਂ ਵੀ ਉਹਨਾਂ ਤਰ੍ਹਾਂ ਥੋੜ੍ਹੇ ਜਿਹੇ ਨੇੜੇ ਆ ਜਾਈਏ, ਅਤੇ ਬਹੁਤ ਮਿਹਰ ਆ ਜੀ। ਅਤੇ ਬਾਕੀ ਬਸ ਮੇਰਾ ਸ਼ੁਰੂ ਤੋਂ ਇਹੀ ਹੈ ਵੀ ਮੈਂ ਵਧੀਆ ਕੰਮ ਕਰਾਂ, ਜੋ ਵੀ ਕੁਛ ਕਰਾਂ, ਤਾਂ ਹੀ ਇਹ ਜਿਹੜੀ ਹਿੱਕ ਵਿੱਚ ਜ਼ੋਰ ਹੈ ਸਰ, 10 ਗਾਣੇ 'ਚ ਪਾਏ ਨੇ, ਮਿਹਨਤ ਪੂਰੀ ਕੀਤੀ ਹੈ, ਦਿਨ ਰਾਤ ਕੀਤੀ ਹੈ, ਲਿਖੇ ਨੇ, ਟਿਕਾ ਕੇ ਲਿਖੇ ਨੇ, ਮਿਊਜ਼ਿਕ ਸੰਗੀਤ ਟਿਕਾ ਕੇ ਬਣਾਇਆ, ਮਿਕਸਿੰਗ ਮਾਸਟਰਿੰਗ ਹੋ ਗਈ, ਲਾਈਵ ਹੋ ਗਏ, ਸਾਰੇ ਬੈਠ ਕੇ ਵਜਾਏ ਨੇ, ਖੁਦ ਵਜਾਉਣੇ, ਖੁਦ ਵਜਾਏ ਨੇ, ਬਾਕੀ ਲੋਕਾਂ ਨੂੰ ਖੁਦ ਵਜਾਏ ਨੇ, ਸਾਰੇ ਜਿੰਨੇ ਵੀ ਇਹਦੇ ਪਾਰਟ ਨੇ ਸਾਰੇ ਵਧੀਆ ਨੇ। ਅਤੇ ਮੈਂ ਕੋਈ ਬਾਹਲੀ ਇੰਟਰਵਿਊਆਂ ਬਾਹਲੀਆਂ ਨਹੀਂ ਕਰਨਾ ਚਾਹੁੰਦਾ ਜੀ, ਸਾਜਤਾ ਜੀ। ਸੋ ਆਹ ਵੀ ਹੁਣ ਕੈਮਰਾ ਵੀ ਮੇਰੇ ਫੋਨ ਦਾ ਹੀ ਕੈਮਰਾ, ਅੱਜ ਮੂਡ ਜਿਹਾ ਬਣਿਆ ਸੀਗਾ, ਮੈਂ ਕਿਹਾ ਕਰ ਲੈਂਦੇ ਹਾਂ, ਵਧੀਆ ਆ ਗਈ ਤਾਂ ਪਾ ਦਾਂਗੇ, ਨਹੀਂ ਨਾ ਸੀ। ਅਤੇ ਬਸ ਦੋਸਤੋ, ਇੱਕ ਪਰਸਨਲ ਰਿਕੁਐਸਟ ਹੈ ਵੀ ਪਸੰਦ ਕਰਿਓ ਅਤੇ ਸੁਣਿਓ ਧਿਆਨ ਨਾਲ, ਜੇ ਪਸੰਦ ਨਹੀਂ ਆ ਮੈਨੂੰ ਮੈਸੇਜ ਭੇਜੋ ਫੇਸਬੁੱਕ 'ਤੇ, ਟਵਿੱਟਰ 'ਤੇ, ਭਾਜੀ ਗਗਨਿਆ ਯਾਰ ਗੱਲ ਜੀ ਬਣੀ ਨਹੀਂ, ਅਤੇ ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ, ਉਮੀਦ ਕਰਦਾ ਤੁਹਾਨੂੰ ਪਸੰਦ ਆਵੇਗੀ। ਅਤੇ ਵਧੀਆ ਸੁਣੋ ਦੋਸਤੋ, ਮਾਵਾਂ ਧੀਆਂ ਸਭ ਦੀਆਂ ਸਾਂਝੀਆਂ, ਮੰਨ ਲੈ ਤੂੰ ਗਵਾਰਾ, ਉਹ ਨਾ ਛੇੜੀ ਨਾ, ਸੱਚ ਦਾ ਬੋਲ ਕਰਾਰਾ। ਇੱਕ ਬਹੁਤ ਸੋਹਣਾ ਗਾਣਾ ਇਹਦੇ ਵਿੱਚ ਮੈਂ ਪਾਇਆ, ਦੋ ਬੋਲ ਉਹਦੇ ਸੁਣਾਉਣਾ ਚਾਹੁੰਦਾ ਤੁਹਾਨੂੰ। ਇੱਕ ਤੇਰਾ ਵਾਦਾ ਐਸਾ, ਜੀਣ ਜੋ ਨਾ ਦੇਵੇ ਜ਼ਰਾ, ਜ਼ਿੰਦਗੀ ਜ਼ਿੰਦਗੀ ਤੇਰੀ ਰਾਹਾਂ ਚ, ਜ਼ਿੰਦਗੀ ਗੁਜ਼ਰੇ ਤੇਰੀ ਮਾਂ ਚ। ਇੱਕ ਤੇਰਾ ਵਾਦਾ ਐਸਾ, ਜੀਣ ਜੋ ਨਾ ਦੇਵੇ ਜ਼ਰਾ। ਸੋ ਮੇਰਾ ਵਾਅਦਾ ਤੁਹਾਡੇ ਨਾਲ ਵੀ ਮੈਂ ਹਰ ਸਾਲ ਨਵੀਂ ਤੋਂ ਨਵੀਆਂ
ਵਧੀਆ ਐਲਬਮ ਲੈ ਜਾਣੀਆਂ ਨੇ, ਤੁਹਾਡਾ ਵਾਅਦਾ ਮੇਰੇ ਨਾਲ ਹੋਣਾ ਚਾਹੀਦਾ ਭਾਈ, ਲਾਈਕ ਕਰਿਓ, ਜੇ ਨਹੀਂ ਲਾਈਕ ਹੈਗੀ ਭਾਈ ਦੱਸ ਦਿਓ ਤੁਹਾਡੇ ਘਰ ਦਾ ਬੰਦਾ, ਐਸੀ ਕੋਈ ਬੜੀ ਗੱਲ ਨਹੀਂ। ਥੈਂਕ ਯੂ ਦੋਸਤੋ, ਜਿਮ ਦੇ ਵਿੱਚ ਮਨ ਨੂੰ ਮਨ ਵਿੱਚ ਜੀ ਵੀ, ਅੱਜ ਕੱਲ੍ਹ ਤਾਂ ਕਾਫੀ ਜੱਟ ਸ਼ੇਰਾਂ ਵਾਂਗੂ ਜ਼ੋਰ ਮਾਰਨ ਲੱਗਿਆ ਹੋਇਆ, ਅਤੇ ਉਮੀਦ ਕਰਦਾ ਭਾਈ ਹੋ ਜਾਣ ਥੋੜ੍ਹੇ ਜਿਹੇ ਬੜੇ, ਪਰ ਤੁਸੀਂ ਵੀ ਵਧੀਆ ਖਾਇਆ ਕਰੋ, ਚੰਗੇ ਨਹਾਇਆ ਕਰੋ। ਗੋ ਗੇ ਦਰਿਆ ਬੁਮਹਿਕ ਵਿੱਚ ਜ਼ੋਰ, ਅਮਰ ਆਡੀਓ ਦੇ ਉੱਤੇ ਮਾਰਚ 11 ਨੂੰ ਜਿਹੜੀ ਰਿਲੀਜ਼ ਹੋ ਰਹੀ ਹੈ। ਥੈਂਕ ਯੂ, ਲਵ ਯੂ। Essence series only on Amaradio.